ਫਗਵਾੜਾ ਦੇ ਪੋਸ਼ ਇਲਾਕੇ ਨੂੰ ਮਾਡਲ ਟਾਊਨ ਕਾਰ ਸਵਾਰ ਨੇ ਇੱਕ ਘਰ ਦੇ ਗੇਟ ਤੇ ਫਾਇਰਿੰਗ ਕਰ ਮੌਕੇ ਤੇ ਫਰਾਰ ਹੋ ਗਏ। ਜਿਸ ਦੀ ਸੂਚਨਾ ਮਿਲਦੇ ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ਤੇ ਮਿਲੇ ਸੀਸੀਟੀਵੀ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਕਾਰ ਸਵਾਰ ਦੋ ਨੌਜਵਾਨ ਰਵਿੰਦਰ ਕੁਮਾਰ ਛਾਬਨੀ ਪੁੱਤਰ ਸ਼ਿਵ ਲਾਲ ਛਾਬਨੀ ਦੇ ਘਰ ਦੇ ਬਾਹਰ ਆਉਂਦੇ ਹਨ ਅਤੇ ਉਹਨਾਂ ਦੇ ਗੇਟ ਤੇ 5 ਗੋਲੀਆਂ ਚਲਾ ਕੇ ਮੌਕੇ ਤੇ ਫਰਾਰ ਹੋ ਜਾਂਦੇ ਨੇ, ਜੋ ਸਾਰੀ ਵਾਰਦਾਤ ਸੀਸੀਟੀਵੀ ਵੀਡੀਓ ਵਿੱਚ ਕੈਦ ਹੋ ਗਈ ਹੈ। ਗੋਲੀ ਚੱਲਣ ਦੀ ਜਾਂਚ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਹਨ। ਜਾਂਚ ਅਧਿਕਾਰੀ SHO ਓਮਕਾਰ ਸਿੰਘ ਬਰਾੜ ਨੇ ਦੱਸਿਆ ਕਿ ਗੋਲੀਆਂ ਦੇ 5 ਛੇਦ ਬਰਾਮਦ ਹੋਏ ਨੇ ਤੇ ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਰ ਬਾਰ ਦੀ ਤਰ੍ਹਾਂ ਸਾਰਾ ਮਾਮਲਾ ਜਾਂਚ ਤੱਕ ਸੀਮਿਤ ਰਹਿੰਦਾ ਹੈ। ਮੇਰਾ ਨਾਮ ਹੈਗਾ ਸਵਾਨੀ। ਇਹ ਆਪਣੀ ਫੈਮਿਲੀ ਸਮੇਤ ਜਿਹੜਾ ਇੱਥੇ ਜੋੜਾ ਫੈਮਿਲੀ ਦੇ ਫੰਕਸ਼ਨ ਸੀਗਾ ਉੱਥੇ ਗਏ ਹੋਏ ਸੀਗੇ ਅਤੇ ਘਰ ਰਹਿਣ ਦਾ ਲੋਕ ਸੀਗਾ ਅੰਦਰ ਤੋਂ ਅਤੇ ਸਰ ਉਹਨਾਂ ਦਾ ਘਰ ਸੀਗਾ ਬਾਹਰ ਗਲੀ 'ਚ ਰੀਜਾ ਗੱਡੀ 'ਤੇ ਕੁਛ ਨਾਮ ਨੂੰ ਵਿਅਕਤੀ ਜਿਹੜੇ ਆਏ ਸੀਗੇ ਉਹਨਾਂ ਨੇ ਬਾਹਰ ਘਰ ਦੇ ਨਾ ਹਵਾਈ ਫਾਇਰ ਕੀਤੇ ਆ ਅਤੇ ਜੋ ਇਹਨਾਂ ਦੇ ਗੇਟ 'ਤੇ ਲੱਗਿਆ ਇਹਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰ ਰਹੇ ਹਾਂ ਅਤੇ ਫੈਮਿਲੀ ਦੇ ਵੀ ਹਿਸਟਰੀ ਦੇਖ ਰਹੇ ਹਾਂ ਅਤੇ ਆਸ ਪਾਸ ਦਾ ਵੀ ਸਾਰਾ ਚੈੱਕ ਕਰ ਰਹੇ ਸੀ ਵੀ ਇਹ ਫਾਇਰ ਹੋਇਆ ਤਾਂ ਕਿਉਂ ਹੋਇਆ। ਗੋਲੀ ਚਲਾਉਣ ਵਾਲੇ ਕਿੰਨੇ ਲੋਕ ਸੀ? ਹਾਂ, ਦੋ ਜੋ ਸੀਸੀਟੀਵੀ ਫੁਟੇਜ ਦੇਖੀ ਉਹਦੇ 2 ਜਣੇ ਲੱਗੇ ਹੈਗੇ ਆ ਗੱਡੀ 'ਚ ਉੱਤਰੇ ਉਹਨਾਂ ਨੇ ਫਾਇਰ ਕੀਤੇ ਆ ਅਤੇ ਇਹਦੇ ਜੋ ਸਟੇਟਮੈਂਟ ਦਿੰਦੇ ਉਹਦੇ ਅਨੁਸਾਰ ਕੇਸ ਰਜਿਸਟਰ ਇਮੀਡੀਏਟਲੀ ਕਰ ਰਹੇ ਸੀ। ਡਾਕਟਰ ਸਾਹਿਬ, ਇਹ ਪਰਿਵਾਰਕ ਮੈਂਬਰਾਂ ਨੇ ਕੋਈ ਦੱਸਿਆ ਵੀ ਕਾਰਨ ਕੋਈ ਆਇਆ ਸਾਹਮਣੇ? ਨਹੀਂ, ਅਸੀਂ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ। ਅਸੀਂ ਆਏ ਹਾਂ, ਜਿਵੇਂ ਉਹ ਸਟੇਟਮੈਂਟ ਦਿੰਦੇ ਉਵੇਂ ਇਨਵੈਸਟੀਗੇਟ ਕਰ ਲੈਂਦੇ। ਟੋਟਲ ਕਿੰਨੀਆਂ ਗੋਲੀਆਂ ਚੱਲੀਆਂ ਹੋਈਆਂ? ਦੋ ਸੀਸੀ ਕੈਮਰੇ ਲੱਗੇ ਰਹੇ, ਉਹਦੇ 'ਚ 5 ਗੋਲੀਆਂ ਚੱਲੀਆਂ ਲੱਗ ਰਹੀਆਂ ਸੀ। ਖੋਲ ਵੀ ਪ੍ਰਾਪਤ ਹੋਏ 5 ਜੀ? ਹਾਂ, ਮਿਲੇ 4। ਅਤੇ ਕੀ ਮੌਕੇ ਦੇ ਇਲਾਕੇ 'ਚ ਲੱਗੇ ਸੀਸੀ ਕੈਮਰਿਆਂ ਦੇ ਵਿੱਚ ਕੋਈ ਸਾਹਮਣੇ ਆਇਆ ਹੁਣ ਤੱਕ ਦੀ ਜਾਂਚ ਦੇ ਵਿੱਚ? ਆਪਣੇ ਵੀ ਲੱਗੇ ਹੋਏ ਆ, ਦੂਸਰੇ ਪਾਸੇ ਚੱਕੇ, ਰਾਤ ਦਾ ਟਾਈਮ ਹੈ ਅਤੇ ਅਸੀਂ ਕੱਲ੍ਹ ਮਾਰਨਿੰਗ ਸਾਰਾ ਚੈੱਕ ਕੀਤਾ ਜਾਊਗਾ। ਫਗਵਾੜੇ ਤੋਂ SS ਲਾਡੀ ਦੇ ਨਾਲ BD ਸ਼ਰਮਾ ਦੀ ਰਿਪੋਰਟ।